ढिल्लों पंजाब सुख चन्न तो देख रहे दर्शकों का बहुत बहुत धन्यवाद करता हाँ। तो इस वक्त असी पिंड ले लिया जिहड़ा कि डिस्ट्रिक्ट अमृतसर दे विच पैंदा पिंड है अते ब्लॉक चगावां अते हलका रासासी का पिंड है। असी ओह पिंड दे विच उत्थों दे मैंबर अते कार्यकारी सरपंच सरदार संतोख सिंह जी सन और सरदार साका सिंह जी के निवास स्थान से उन्होंने नाल मौजूद हाँ। असी उन्हां कोलों उन्हां दी पंचायत के दौरान जिहड़े उन्होंने अपने पिंड के काम कराए ने उहदे संबंधी जानकारी लवांगे उन्हां कोलों। तो उस तो इलावा साडा जिहड़ा ये सर्वे 2022 दी इलैक्शन के संबंध में चल रहा है पूरे पंजाब दे विच ते इस संबंधी भी आपां उन्हां नाल गलबात करांगे कि उन्हां दे की विचार ने 2022 दी इलैक्शन के संबंध दे विच। ते आओ हुण तुहाडे रूबरू कराउंदे आं आपां पिंड लेलियां तो साबका मैंबर अते साबका कार्यकारी सरपंच सरदार संतोख सिंह जी दे नाल। हाँ जी सर, वाहेगुरू जी का खालसा वाहेगुरू जी की फतेह। तो अच्छा सर, जदों तुसी मतलब तुहाडी पंचायत सी उस टाइम ते तुसी अपने हल्के दे MLA साहब नूं कुछ कहना चाहोगे? देखो जी, साढ़े MLA साहब का बहुत बहुत धन्यवाद जिन जिन्या उन्होंने ग्रांटा दित्तियां साढ़े पिंड नूं बहुत ज़्यादा दित्तियां, बहुत ज़्यादा विकास कराया साढ़े पिंड जी। अच्छा जी, हाँ जी, हाँ जी ठीक। बाकी साढ़े पिंड जिम ही नहीं, अखीर दी उन्हें 3 लाख रुपया जिम का भी दिता, वो ज्यों मुड़ के सरकार बदल गई उन्होंने उदों तक कढ़ाउण नहीं दिता, उन्होंने हुण जिम पाया साढ़े। तो गलियां नालियां दा सर किदां सी? गलियां नालियां सारियां पक्कियां करा दित्तियां जी, मुड़ के बाद च उत्थे पहलां तो ईंटां लगियां सी, उस तों बाद विच फिर फर्श पाता है सारे पिंड दे विच, सारे पिंड दे मुड़ कंक्रीट दीयां गलियां बणा दित्तियां। ते अच्छा सर, अपने हुण आपां गल करिए असली घर जिहड़ा अपना शमशान घर जिथे इंसान का एंड होना जा अगे, चाहे आपां कच्चे मकानां च रहिंदे आ चाहे आपां पक्के मकानां च रहिंदे आ, साडा असली घर जिहड़ा ओह शमशान घर ही है। ते जदों आपां अपनी पंचायत बनी सी उस टाइम ते शमशान घर की जिहड़ी कंडीशन आ ओह किदां दी सी? ਉਦੋਂ ਜੀ ਅਸੀਂ ਇੱਟਾਂ ਲਾਈਆਂ ਸਾਰੇ ਵਿਹੜੇ 'ਚ, ਸਾਰੇ ਜਿੰਨੀ ਜਗ੍ਹਾ ਸਾਰੀ ਇੱਟਾਂ ਲੱਗੀਆਂ। ਅੱਛਾ ਜੀ, ਪਹਿਲਾਂ ਕੱਚਾ ਸੀ? ਪਹਿਲਾਂ ਕੱਚਾ ਸੀ, ਉਦੋਂ ਬਾਅਦ ਵਿੱਚ ਜਿੰਨੀ ਉਹ ਪਈ ਸਾਰੀ ਉੱਥੇ ਇੱਟਾਂ ਲਾ ਕੇ ਅਤੇ ਉਹ ਵੀ ਸਾਰੀ ਪੱਕੀ ਕਰਾਈ। ਠੀਕ ਹੈ ਜੀ, ਠੀਕ ਹੈ। ਅਤੇ ਰਸਤਾ ਹੈਗਾ ਸੀ ਸਰ? ਹਾਂਜੀ, ਰਸਤਾ ਹੈਗਾ ਸੀ, ਰਸਤਾ ਪੱਕਾ ਕੀਤਾ ਸੀ। ਅੱਛਾ, ਰਸਤਾ ਵੀ ਪੱਕਾ ਕੀਤਾ। ਅਤੇ ਇਹ ਸਰ ਤੁਸੀਂ ਆਪਣੀ ਪੰਚਾਇਤ ਦੇ ਦੌਰਾਨ ਕੀਤਾ? ਹਾਂਜੀ, ਆਪਣੀ ਪੰਚਾਇਤ ਦੇ ਅਕਾਲੀਆਂ ਦੇ ਵੇਲੇ ਹੋਇਆ ਜੀ। ਅਕਾਲੀਆਂ ਦੇ ਵੇਲੇ ਬਹੁਤ ਜ਼ਿਆਦਾ ਬਾਦਲ ਸਾਹਿਬ ਆਏ ਸੀ ਉਦੋਂ ਇੱਥੇ ਸੰਤ ਦਰਸ਼ਨ ਵਾਸਤੇ, ਉਹਨਾਂ ਬਹੁਤ ਜ਼ਿਆਦਾ ਰੁਪਈਆ ਦਿੱਤਾ ਸੀ, ਬੜੀਆਂ ਗ੍ਰਾਂਟਾਂ ਦਿੱਤੀਆਂ, ਬਹੁਤ ਖੁੱਲ੍ਹ ਕੇ ਰੁਪਈਏ ਲੱਗੇ ਪਿੰਡ ਦੇ ਵਿੱਚ। ਠੀਕ ਹੈ ਜੀ। ਅਤੇ ਅੱਛਾ ਸਰ, ਵਾਟਰ ਸਪਲਾਈ ਜਾਂ ਬੜਾ ਪਿੰਡਾਂ ਦੇ ਵਿੱਚ ਪ੍ਰੋਬਲਮ ਆ ਰਹੀ ਕਿ ਕਈ ਪਿੰਡਾਂ ਦੇ ਵਿੱਚ ਕਨੈਕਸ਼ਨ ਕੱਟੇ ਨੇ, ਕਈਆਂ ਦੀਆਂ ਮੋਟਰਾਂ ਖਰਾਬ ਨੇ, ਅਤੇ ਪਾਣੀ ਦਾ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੇ ਘਰੀ ਨਲਕੇ ਵੀ ਨਹੀਂ ਹੈਗੇ, ਅਤੇ ਉਹ ਵਿਚਾਰੇ ਲੋਕਾਂ ਦੇ ਘਰੋਂ ਪਾਣੀ ਲਿਆ ਕੇ ਪੀਂਦੇ ਨੇ, ਅਤੇ ਆਪਣੇ ਪਿੰਡ ਵਿੱਚ ਵਾਟਰ ਸਪਲਾਈ ਦਾ ਕਿੱਦਾਂ ਜੇ? ਅੱਛਾ, ਤੁਹਾਡੇ ਟਾਈਮ 'ਤੇ ਜਦੋਂ ਤੁਹਾਡੀ ਪੰਚਾਇਤ ਸੀ ਅਕਾਲੀਆਂ ਦੀ ਉਸ ਟਾਈਮ 'ਤੇ ਵਾਟਰ ਸਪਲਾਈ ਚੱਲਦੀ ਸੀ? ਹਾਂਜੀ, ਉਦੋਂ ਚੱਲਦੀ। ਅਤੇ ਇਹ ਜਦੋਂ ਦੀ ਹੁਣ ਕਾਂਗਰਸ ਸਰਕਾਰ ਆਈ ਆ ਉਸ ਤੋਂ ਬਾਅਦ ਫਿਰ ਉਹ ਬੰਦ ਹੋ ਗਈ, ਅਤੇ ਜਿਹੜੇ ਪੈਪ ਸੀ ਲੋਹੇ ਦੇ ਉਹ ਸਾਰੇ ਲਾਹ ਕੇ ਲੈ ਗਏ ਚੋਰ, ਅਤੇ ਮੋਟਰਾਂ ਮਾਟਰਾਂ ਵੀ ਜਿਹੜੇ ਉਹ ਚੋਰ ਲੈ ਗਏ। ਹਾਂਜੀ, ਸਭ ਚੋਰ ਲੈ ਗਏ। ਅਤੇ ਇਹਦੇ ਬਾਰੇ ਸਰ ਦਰਖਾਸਤ ਕੁਛ ਨਹੀਂ ਦਿੱਤੀ ਤੁਸੀਂ? ਨਾ, ਦਰਖਾਸਤ ਕੁਛ ਉਹਦੇ ਸਰਪੰਚ ਮੌਕੇ ਦਾ ਉਹਨਾਂ ਮੌਕੇ ਦਿੱਤੀ ਹੈ, ਸਾਨੂੰ ਪਤਾ ਨਹੀਂ। ਅੱਛਾ, ਤੁਹਾਨੂੰ ਨਹੀਂ ਪਤਾ, ਮਤਲਬ ਮੌਕੇ ਦੇ ਸਰਪੰਚ ਨੇ ਦਿੱਤੀ ਹੋਵੇ ਸ਼ਾਇਦ? ਹਾਂਜੀ, ਉਹਨੇ ਭਾਵ ਦਿੱਤੀ ਹੈ, ਸਾਨੂੰ ਨਹੀਂ ਪਤਾ। ਠੀਕ ਹੈ। ਅਤੇ ਅੱਛਾ ਸਰ, ਗੰਦਾ ਪਾਣੀ ਬਹੁਤ ਅੱਜ ਕੱਲ੍ਹ ਜਿੱਦਾਂ ਹੁਣ ਮੰਨ ਲਓ ਕਿ ਆ ਓਮੀਕਰੋਨ ਚੱਲ ਰਿਹਾ ਹੈ, ਓਮੀਕਰੋਨ ਦੇ ਕਾਰਨ ਦੇਖੋ ਕਿ ਆਪਣੇ ਸੁਪਰੀਮ ਕੋਰਟ ਦੇ ਜੱਜ ਵੀ ਜਿਹੜੇ ਉਹ ਵੀ ਪੋਜ਼ਿਟਿਵ ਆ ਗਏ ਨੇ, ਅਤੇ ਬਹੁਤ ਹੀ ਇਹ ਜਿਹੜੀ ਬਿਮਾਰੀ ਆ ਮਾੜੀ ਬਿਮਾਰੀ ਆ, ਇਹ ਗੰਦਗੀ ਤੋਂ ਬੜੀ ਛੇਤੀ ਜਿਹੜੀ ਆ ਇਹ ਪੈਦਾ ਹੁੰਦੀ ਆ, ਅਤੇ ਆਪਣੇ ਪਿੰਡ ਵਿੱਚ ਗੰਦੇ ਪਾਣੀ ਦਾ ਨਿਕਾਸ ਕਿੱਦਾਂ ਜੀ? ਹਾਂਜੀ, ਗੰਦਾ ਪਾਣੀ ਛੱਪੜ ਹੈਗਾ ਸਾਡੇ, ਬਚਿਆ ਜੀ, ਪੂਰਾ ਰਹਿ ਲੋਕਾਂ ਪੜਾ, ਪਰ ਫਿਰ ਵੀ ਬਚਿਆ, ਚਲੋ ਪਾਣੀ ਦਾ ਨਿਕਾਸ ਜਿਹੜਾ ਛੱਪੜ 'ਚ ਹੋਈ ਜਾਂਦਾ ਵਧੀਆ, ਪਾਣੀ ਦੇ ਲਿਖਿਆ ਨਹੀਂ ਹੁੰਦਾ, ਰੁਕਦਾ ਨਹੀਂ, ਦਿੱਕਤ ਨਹੀਂ ਹੋਈ ਪਾਣੀ, ਮਤਲਬ ਉਹ ਵੀ ਕਹਿ ਰਹੇ ਪਿੰਡ ਵਿੱਚ ਮਤਲਬ ਰੁਕਦਾ ਨਹੀਂ ਪਾਣੀ, ਨਹੀਂ ਰੁਕਦਾ। ਤੇ ਤੁਸੀਂ ਕਹਿੰਦੇ ਨਾ ਆਊਗੀ ਕਿਸੇ ਦਿਨ, ਉਹ ਜਿੱਦਾਂ ਹੌਲੀ ਹੌਲੀ ਛੱਪੜ ਪੂਰੀ ਜਾ ਜਾਂਦੀ ਆ, ਅਤੇ ਫਿਰ ਕਿਸੇ ਦੇ ਦਿੱਕਤ ਆਉਣੀ ਹੈ, ਪਾਣੀ ਫਿਰ ਕਿੱਧਰ ਜਾਣਾ? ਅੱਛਾ, ਇਹਦਾ ਮਤਲਬ ਲੋਕੀ ਪੂਰੀ ਜਾਂਦੇ ਨੇ ਹੌਲੀ ਹੌਲੀ, ਉਹ ਫਿਰ ਸਰ ਬੰਦ ਹੀ ਹੋਣਾ ਜੀ ਇੱਕ ਨਾ ਇੱਕ ਦਿਨ ਦੀ, ਅੱਜ ਨਹੀਂ ਤਾਂ ਕਿਸੇ ਦਿਨ ਤਾਂ ਬੰਦ ਹੋਣਾ ਹੀ ਹੈ, ਹੋਣਾ ਬਿਲਕੁਲ। ਅਤੇ ਅੱਛਾ ਸਰ, ਆਪਣੇ ਪਿੰਡ ਦੇ ਵਿੱਚ ਕੋਈ ਪੰਚਾਇਤ ਘਰ ਜਾਂ ਜੰਜ ਘਰ ਕੋਈ ਹੋਵੇ? ਨਹੀਂ, ਸਾਡੇ ਪਿੰਡ ਕੋਈ ਪੰਚਾਇਤ ਘਰ ਨਹੀਂ, ਕੋਈ ਜੰਜ ਘਰ ਨਹੀਂ। ਅਤੇ ਆਂਗਨਵਾੜੀ ਸਕੂਲ ਹੈਗਾ ਸਰ? ਹਾਂ, ਆਂਗਨਵਾੜੀ ਸਕੂਲ, ਉਹ ਵੀ ਸਕੂਲ ਦੇ ਵਿੱਚ ਹੀ ਆ, ਇੱਕ ਕਮਰਾ ਦਿੱਤਾ ਉਹਨੂੰ ਪ੍ਰਾਇਮਰੀ ਸਕੂਲ 'ਚ, ਪ੍ਰਾਇਮਰੀ ਸਕੂਲ ਦੇ ਵਿੱਚ, ਉੱਥੇ ਬੱਚੇ। ਉਹਦੀ ਅਲੱਗ ਬਿਲਡਿੰਗ ਨਹੀਂ ਹੈਗੀ? ਨਹੀਂ, ਅਲੱਗ ਬਿਲਡਿੰਗ ਕੋਈ ਨਹੀਂ, ਉਸੇ ਪਹਿਲੀ ਬਿਲਡਿੰਗ ਦੇ ਵਿੱਚੋਂ ਇੱਕ ਕਮਰਾ ਦਿੱਤਾ। ਅੱਛਾ, ਪ੍ਰਾਇਮਰੀ ਸਕੂਲ ਦੀ ਪਹਿਲੀ ਬਿਲਡਿੰਗ 'ਚੋਂ ਇੱਕ ਕਮਰਾ ਦਿੱਤਾ ਵਾ, ਅਲੱਗ ਬਿਲਡਿੰਗ ਨਹੀਂ, ਅਲੱਗ ਬਿਲਡਿੰਗ ਕੋਈ ਨਹੀਂ। ਠੀਕ ਹੈ। ਅਤੇ ਅੱਛਾ ਸਰ, ਹੋਰ ਆਪਣੇ ਪਿੰਡ ਦੇ ਵਿੱਚ ਜਿੱਦਾਂ ਕੋਈ ਗਰਾਊਂਡ ਜਾਂ ਕੋਈ ਪਾਰਕ ਹੋਵੇ? ਨਾ ਜੀ, ਨਾ ਕੋਈ ਗਰਾਊਂਡ ਨਹੀਂ ਸਾਡੇ ਪਿੰਡ, ਜਿਹੜਾ ਜਿੰਮ ਦਾ ਥਾਂ ਆ ਉਹ ਵੀ ਪਿੰਡੋਂ ਕਿਸੇ ਦਾਨੀ ਸੱਜਣ ਨੇ ਦੇ ਦਿੱਤਾ, ਸਾਡੇ ਪਿੰਡ ਦੇ ਉਹ ਸ਼ਹਿਰ ਚਲੇ ਗਏ, ਉਹਨਾਂ ਦੋ ਕਣੇ ਥਾਂ ਦਿੱਤਾ, ਉਹਦੇ ਉਸੇ ਜਗ੍ਹਾ 'ਤੇ ਅਸੀਂ ਜਿੰਮ ਬਣਾਇਆ,
ਉੱਥੇ ਹੀ ਜਿੰਮ ਦਾ ਕੰਮ ਜਿਹੜਾ ਚੱਲਦਾ, ਬਾਕੀ ਉੱਥੇ ਜਗ੍ਹਾ ਕੋਈ ਨਹੀਂ। ਠੀਕ ਹੈ, ਉੱਦਾਂ ਜਗ੍ਹਾ ਨਹੀਂ, ਨਾ ਕੋਈ ਹੋਰ ਗਰੰਟੀ ਆਈ ਹੈ ਕਿਸੇ ਕੰਮ ਵਾਸਤੇ ਵੀ ਚਲੋ ਬੱਚਿਆਂ ਦੇ ਕੋਈ ਬਣਾਇਆ ਜਾਵੇ। ਉਹ ਜਿਹੜਾ ਕਾਲੀ ਕਾ ਕੇ ਜਿੰਮ ਆਇਆ ਉਹ ਹੀ ਵਰਤਦੇ ਆ, ਉਹ ਵੀ ਹੁਣ ਹੀ ਬਣਿਆ ਆ ਗਿਆ, ਹੁਣ ਹੀ ਬਣਿਆ। ਠੀਕ ਹੈ, ਤੇ ਇਹਦਾ ਮਤਲਬ ਆ ਕਿ ਜਿੰਮ ਦਾ ਸਮਾਨ ਤੁਹਾਡੇ ਟਾਈਮ ਤੇ ਪਾਸ ਹੋਇਆ ਸੀ ਤੇ ਪਰ ਜਿਹੜੇ ਉਹਦੇ ਪੈਸੇ ਆ ਉਹ ਹੁਣ ਮਿਲੇ ਨੇ। ਪੈਸੇ ਉਹਨਾਂ ਦੇ ਮਿਲੇ, ਸਿਰ ਵਰਤੇ ਨਹੀਂ, ਉਹਨਾਂ ਦੇ ਵਰਤਾ ਨਹੀਂ ਦਿੱਤੇ ਜਦੋਂ ਚੋਣ ਜਾ ਕੇ ਇਸ ਤਰ੍ਹਾਂ ਹੁਣ ਲੱਗ ਗਿਆ। ਹਾਂਜੀ, ਜਿੱਦਾਂ ਉਦੋਂ ਲੱਗਿਆ ਮੁੜ ਕੇ ਸਰਪੰਚ ਨੂੰ ਉਹਨਾਂ ਲਾਉਣ ਨਹੀਂ ਦਿੱਤੇ, ਉਹਨਾਂ ਕਾਂਗਰਸ ਨੇ ਹੁਣ ਲਾਏ। ਠੀਕ ਹੈ, ਤੇ ਅੱਛਾ ਸਰ ਹੁਣ ਆਪਾਂ ਗੱਲ ਕਰੀਏ ਜੀ ਇਲੈਕਸ਼ਨ ਬਾਰੇ। 2022 ਦੀ ਇਲੈਕਸ਼ਨ ਆ ਰਹੀ ਹੈ ਜਿਹੜੀ ਬੜੀ ਨਜ਼ਦੀਕ ਇਲੈਕਸ਼ਨ ਆ। ਕੋਈ ਪਲਾਟ ਨਹੀਂ ਦਿੱਤਾ। ਦੂਜੇ ਬੰਨੇ ਜੀ ਨੇ ਕਰਜ਼ੇ ਦੀ ਮਾਫ਼ੀ ਦੀ ਗੱਲ ਕੀਤੀ ਕਿ 2-2 ਲੱਖ ਰੁਪਈਆ, ਹੁਣ ਫਿਰ ਇਹਨੇ ਵਾਅਦਾ ਕੀਤਾ ਵੀ 2-2 ਲੱਖ ਰੁਪਈਆ ਮੈਂ ਅਕਾਊਂਟਾਂ 'ਚ ਪਾ ਦੇਣਾ, ਮਾਫ਼ ਹੋ ਜਾਣੇ ਆ। ਪਹਿਲਾਂ ਕੀਤੇ ਥੋੜ੍ਹੇ ਥੋੜ੍ਹੇ ਕੁਝ ਕਿਸਾਨਾਂ 'ਤੇ ਹੋਇਆ ਥੋੜ੍ਹੇ ਥੋੜ੍ਹੇ 2.5 ਏਕੜ ਵਾਲੇ ਦੇ, ਹੁਣ ਇਹਨੇ ਕੀ ਵਾਅਦਾ, ਅਸੀਂ ਟ੍ਰੇਨਾਂ ਰੋਕੀਆਂ ਜਾ ਕੇ ਅਤੇ ਅਸੀਂ ਕਿਸਾਨ ਸੰਘਰਸ਼ ਕਮੇਟੀ ਦੇ ਵੀ ਮੈਂਬਰ ਹਾਂ। ਅਸੀਂ ਜਦੋਂ ਟ੍ਰੇਨਾਂ ਰੋਕੀਆਂ ਇਹਨੇ ਵਾਅਦਾ ਕੀਤਾ ਵੀ ਅਸੀਂ ਜਿਹੜਾ 2-2 ਲੱਖ ਰੁਪਈਆ ਵੱਢੋ ਮਾਫ਼ ਹੋਊਗਾ, ਬਸ ਤੁਸੀਂ ਟ੍ਰੇਨਾਂ ਛੱਡ ਦਿਓ, ਤੁਹਾਡਾ ਵਾਅਦਾ ਹੋ ਗਿਆ ਵੀ 8 ਦਿਨਾਂ ਦੇ ਅੰਦਰ ਅੰਦਰ ਮਾਫ਼ ਹੋ ਜੂਗਾ। ਉਹ ਵੀ ਕੋਈ ਨਹੀਂ ਫਿਰ ਹੋਇਆ, ਫਿਰ ਨਹੀਂ ਹੋਇਆ। ਠੀਕ, ਹੁਣ ਉਹ ਫਿਰ ਅਸੀਂ ਇਹਦੇ ਬਾਰੇ ਤੁਸੀਂ ਕੁਛ ਕਹਿਣਾ ਚਾਹੋਗੇ? ਸਰਕਾਰ ਬਹੁਤ ਨਿਕੰਮੀ, ਜਿਹੜੇ ਜਿੰਨੇ ਵਾਅਦੇ ਕੀਤੇ, ਨੌਕਰੀਆਂ ਘਰ ਘਰ, ਮੋਬਾਈਲ ਘਰ ਘਰ, ਘਰ ਘਰ ਇਹਨਾਂ ਫਾਰਮ ਭਰਾਏ, ਉਹ ਮਾਫ਼ ਕਰ ਜਿਹੜੇ ਕਿਤੇ ਸਾਡੇ 'ਤੇ ਕਰਜ਼ੇ ਹੋਰ ਚੜ ਗਏ। ਇਹ ਬਹੁਤ ਨਿਕੰਮੀ ਸਰਕਾਰ ਹੈ। ਗਾਂ ਇਹ ਨੇ ਵੀ ਜਿਹੜਾ ਵੀ ਕੋਈ ਸਰਕਾਰ ਆਉਂਦੀ ਆ ਆਪਣੇ ਉਹ ਸੋਚ ਸਮਝ ਕੇ ਵਾਅਦੇ ਕਰੇ ਜਿਹੜੇ ਪੂਰੇ ਕਰਨੇ ਆ, ਇਹੋ ਜਿਹੇ ਗੰਦੇ ਵਾਅਦੇ ਨਾ ਕਰਨ। ਜੇ ਇਹਦਾ ਗੁਰਦਾ ਸਾਹਿਬ ਫੜ ਕੇ ਉਦੋਂ ਇਹਦਾ ਸੌਂ ਖਾਧੀ ਵੀ ਨਸ਼ੇ ਦੇ ਲੱਕ ਤੋੜ ਦਿਆਂਗੇ, ਉਹ ਕਰ ਦਿਆਂਗੇ, ਉਹ ਵੀ ਕੋਈ ਨਹੀਂ। ਪਰ ਇਹਨਾਂ ਦੁਨੀਆਂ ਦਾ ਬੱਚਿਆਂ ਜੋ ਨੌਜਵਾਨਾਂ ਦਾ ਬੇੜਾ ਗਰਕ ਕਰਕੇ ਰੱਖਤਾ ਜੀ। ਬਿਲਕੁਲ, ਅਤੇ ਅਸੀਂ ਸਰ ਟਾਈਮ ਦੀ ਕਮੀ ਹੋਣ ਦੇ ਕਾਰਨ ਤੁਹਾਡੇ ਕੋਲ ਇਜਾਜ਼ਤ ਮੰਗਦੇ ਹਾਂ। ਤੁਹਾਡਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਆਪਣੇ ਪਿੰਡ ਦੇ ਜਿਹੜੇ ਕੀਤੇ ਹੋਏ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਉਣ ਵਾਲੀ ਜਿਹੜੀ 2022 ਦੀ ਇਲੈਕਸ਼ਨ ਬਾਰੇ ਵੀ ਸਾਨੂੰ ਦੱਸਿਆ ਅਤੇ ਬੜਾ ਵਧੀਆ ਲੱਗਾ ਤੁਸੀਂ ਜਿੱਦਾਂ ਗੱਲਬਾਤ ਕੀਤੀ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਲਵੰਤ ਸਿੰਘ ਢਿੱਲੋਂ ਪੰਜਾਬ ਖੁਪੇ ਚੈਨਲ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਕੈਮਰਾਮੈਨ ਬੈਸਟ ਰਿਪੋਰਟਰ ਅਮਰਜੋਤੀ ਦੇ ਨਾਲ ਧੰਨਵਾਦ, ਸਤਿ ਸ਼੍ਰੀ ਅਕਾਲ, ਫੇਰ ਮਿਲਾਂਗੇ।